ਥਾਣਾ ਤੇ ਆਇਆ ਭਾਵੇਂ ਸਾਡੇ ਕਿਸੇ ਪੁਲਿਸ ਕਰਮੀ ਮੇਰੇ ਵਿਹਾਰ ਦੇ ਉੱਤੇ ਨੁਕਸਾਨ ਹੋਇਆ ਇਸ ਕਰਕੇ ਲਾਮਬਾ ਨੌਕਰੀਆਂ ਵੀ ਲਈਆਂ ਆ ਕਿੰਨੇ ਕਿੰਨੇ ਕੇਸ ਆ ਉਹਦੇ ਬਹੇਵ ਤੇ ਜੇਕਰ ਅਸੀਂ ਵੇਖੀਏ ਉਹਦੇ ਵਿੱਚੋਂ ਅੱਜ ਇੱਥੇ 10% ਵੀ ਨਹੀਂ ਲੋਕ ਆਏ ਉਹਨਾਂ ਨੇ ਬੜੇ ਮੈਸੇਜ ਪਾਏ ਆ ਬੜੇ ਸੁਣਦੇ ਰਹੇ ਆ ਕਿ ਮੇਰੀ ਵੀ ਹੁਣ ਸਿਰ ਜਿਹੜਾ ਅੱਤਵਾਦ ਫਰੰਟ ਸੀ ਹੁਣ ਇਹ ਵਿਸ਼ਾਲ ਕਾਨਫਰੰਸ ਜਿਹੜੀ ਆ ਸਟੇਟ ਪੱਧਰ ਦੀ ਆਲ ਇੰਡੀਆ ਅੱਤਵਾਦ ਪੀੜਤ ਐਸੋਸੀਏਸ਼ਨ ਦੇ ਬੈਨਰ ਹੇਠ ਇਹ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਉੱਤੋਂ ਸਾਡੀਆਂ ਭੈਣਾਂ ਜਿਹੜੇ ਸ਼ਹੀਦ ਪਰਿਵਾਰ ਹੈ ਅੱਤਵਾਦ ਦੇ ਦੌਰਾਨ ਜਿਹੜੇ ਮੌਤਾਂ ਹੋਈਆਂ ਸੀਗੀਆਂ ਉਹ ਪਰਿਵਾਰ ਅੱਜ ਪਹੁੰਚੇ ਇੱਥੇ ਔਰ ਇਹਦੇ ਵਿੱਚ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਰਵਿੰਦਰ ਹੰਸ ਜੀ ਆਏ ਨੇ ਇਹ ਮੰਤਰੀ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਧਾਲੀਵਾਲ ਉਹਨਾਂ ਦਾ ਮੈਸੇਜ ਲੈ ਕੇ ਆਏ ਆ ਕਿ ਇਹਨਾਂ ਦੇ ਆਉਣ ਨਾਲ ਸਾਨੂੰ ਇਹ ਹੌਸਲਾ ਹੈ ਆਪਣੇ ਦੱਸਣਗੇ ਵੀ ਅਸੀਂ ਸਰਕਾਰ ਜਿਹੜੀ ਆ ਆਪਣੇ ਪਰਿਵਾਰਾਂ ਦੇ ਨਾਲ ਹੈ ਕਿਉਂਕਿ ਅਸੀਂ ਜਿੰਨੀ ਵੀ ਕਾਰਵਾਈ ਲਗਭਗ ਸਾਲ ਹੋ ਚੱਲਿਆ ਅਸੀਂ ਜਿਹੜੀ ਵੀ ਕਾਰਵਾਈ ਨੂੰ ਲੈ ਕੇ ਚੱਲ ਰਹੇ ਹਾਂ ਔਰ ਜਿਹੜਾ ਮੰਗ ਪੱਤਰ ਅੱਜ ਇਹਨਾਂ ਨੂੰ ਹੁਣ ਦਿੱਤਾ ਹੈ ਇਹ ਮੰਗ ਪੱਤਰ ਸਾਡਾ ਲਗਭਗ ਨਵੰਬਰ ਦੇ ਮਹੀਨੇ ਦਾ ਜਿਹੜਾ ਵਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਰਿਸੀਵ ਹੋ ਚੁੱਕਾ ਔਰ ਉਹਦੀ ਜਿਹੜੀ ਵਾਪਸੀ ਸਾਨੂੰ ਮੇਲ ਹੈ ਉਹ ਵੀ ਆ ਚੁੱਕੀ ਹੈ ਉਹਦੇ ਉੱਤੇ ਸਿਰਫ ਇੱਕ ਮੀਟਿੰਗ ਪੈਂਡਿੰਗ ਆ ਉਹ ਕੁਛ ਕਾਰਨ ਰਹੇ ਆ ਮਤਲਬ ਜਿਹਦੇ ਕਰਕੇ ਮੀਟਿੰਗ ਅਜੇ ਨਹੀਂ ਹੋ ਸਕੀ ਮੁੱਖ ਸਕੱਤਰ ਸਾਹਿਬ ਨਾਲ ਮੀਟਿੰਗ ਹੋਣੀ ਆ ਜਿਹਦੇ ਜਿੱਥੋਂ ਜਿਹੜੇ ਉਹਨਾਂ ਨੇ ਅਗਾਂਹ ਅਗਲੇ ਜਿਹੜੇ ਇਸ ਸਾਡੇ ਮੰਗ ਪੱਤਰ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਨ ਵਾਸਤੇ ਅਤੇ ਉਹਨਾਂ ਨੇ ਅਗਾਂਹ ਔਰਡਰ ਜਿਹੜਾ ਸਰਕੂਲਰ ਸਾਰੇ ਮਹਿਕਮਿਆਂ ਨੂੰ ਕੱਢਣਾ ਇਹਦੇ ਵਿੱਚ ਜਿਹੜੀ ਸਾਡੀ ਮੇਨ ਮੰਗ ਹੈ ਜੀ ਪੰਜਾਬ ਸਰਕਾਰ ਕੋਲੋਂ ਅਸੀਂ ਇਹ ਮੰਗ ਕੀਤੀ ਹੈ ਵੀ ਇੱਕ ਤਾਂ 2006 ਦਾ ਪੈਕੇਜ ਸਾਡਾ ਜਿਹੜਾ ਪੈਂਡਿੰਗ ਪਿਆ ਕੇਂਦਰ ਸਰਕਾਰ ਕੋਲ ਜਾਂ ਤਾਂ ਕੇਂਦਰ ਸਰਕਾਰ 'ਤੇ ਜ਼ੋਰ ਪਾ ਕੇ ਅਤੇ ਉਹ ਪੈਕੇਜ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਦਿਵਾਉਣ ਨਹੀਂ ਤਾਂ ਆਪਣੇ ਕੋਲੋਂ ਦੇਣ ਸਾਡੀ ਪਹਿਲੀ ਮੰਗ ਇਹ ਆ ਦੂਜੇ ਨੰਬਰ 'ਤੇ ਸਾਡੇ ਪੁਲਿਸ ਦੇ ਜਿਹੜੇ ਸ਼ਹੀਦ ਲਗਭਗ 246 ਪਰਿਵਾਰ ਪੰਜਾਬ ਦੇ ਵਿੱਚ ਉਹ ਆ ਜਿਹੜੇ ਡਿਊਟੀਆਂ ਦੇ ਦੌਰਾਨ ਜਿਹੜੇ ਸ਼ਹੀਦ ਹੋ ਗਏ ਸੀਗੇ ਉਹਨਾਂ ਵਾਸਤੇ ਉਹਨਾਂ ਨੂੰ ਉਸ ਵੇਲੇ ਸਿਰਫ ਲੱਖ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਹੈ ਜਦੋਂ ਕਿ ਅੱਜ ਦੀ ਤਰੀਕ ਦੇ ਵਿੱਚ 1-1 ਕਰੋੜ ਰੁਪਇਆ ਜਿਹੜਾ ਵਾ ਉਹ ਐਕਸ ਗ੍ਰੇਸ਼ੀਆ ਦਿੱਤੀ ਜਾਂਦੀ ਹੈ ਅਤੇ ਉਹਨਾਂ ਵਾਸਤੇ ਸਾਡੀ ਮੰਗ ਇਹ ਆ ਵੀ ਪੁਰਾਣੇ ਕੇਸਾਂ 'ਚ ਹਰਿਆਣਾ ਸਰਕਾਰ ਜਿਹੜੀ ਹਰਿਆਣਾ ਸਰਕਾਰ ਦੇ ਚੁੱਕੀ ਹੈ ਪਹਿਲਾਂ ਤੋਂ ਅਤੇ ਉਹ ਸਾਡੀ ਮੰਗ ਹੈ ਪੰਜਾਬ ਸਰਕਾਰ ਕੋਲੋਂ ਵੀ ਇਹਨਾਂ ਪੁਰਾਣੇ ਕੇਸਾਂ ਨੂੰ ਵੀ 10-10 ਲੱਖ ਰੁਪਇਆ ਜਿਹੜਾ ਵਾ ਉਹ ਦਿੱਤਾ ਜਾਵੇ ਦੂਸਰੀ ਮੰਗ ਉਸ ਤੋਂ ਇਲਾਵਾ ਜਿਹੜੀ ਆ ਉਹ ਇਹ ਆ ਵੀ ਮਤਲਬ ਜਿਹੜੀ ਪੈਨਸ਼ਨ ਸਾਡੇ ਆਮ ਨਾਗਰਿਕ ਪਰਿਵਾਰਾਂ 6000 ਰੁਪਇਆ ਇਸ ਵੇਲੇ ਮਿਲ ਰਹੀ ਆ ਉਹ ਵਧਾ ਕੇ ਜਿਹੜੀ ਆ 10000 ਰੁਪਇਆ ਕੀਤੀ ਜਾਵੇ ਇਸ ਤੋਂ ਇਲਾਵਾ ਤੀਸਰੀ ਮੰਗ ਸਾਡੀ ਇਹ ਹੈ ਕਿ 1985 ਤੋਂ ਇੱਕ ਪੋਲਿਸੀ ਬਣੀ ਆ ਕਿ ਇਹਨਾਂ ਲੋਕਾਂ ਨੂੰ ਪਲਾਟ ਜਾਂ ਫਲੈਟ ਦੇਣੇ ਸੀਗੇ ਉਹਦੇ ਉੱਤੇ ਉਹ ਵਨ ਟਾਈਮ ਬੈਨੀਫਿਟ ਆ ਅਤੇ 32,514 ਕਾਰਡ ਜਿਹੜੇ ਆ ਰੈੱਡ ਕਾਰਡ ਅਤੇ ਵਾਈਟ ਕਾਰਡ ਜਿਹੜੇ ਆ ਸਰਕਾਰ ਵੱਲੋਂ ਜਾਰੀ ਕੀਤੇ ਗਏ ਆ ਅਤੇ ਹਾਰਡਲੀ ਅੱਜ ਅਗਰ ਸਰਵੇ ਕਰਾਇਆ ਜਾਵੇ ਤਾਂ 1000 ਫੈਮਿਲੀ ਹੋਏਗੀ ਜਿਹਨੂੰ ਉਹਦਾ ਬੈਨੀਫਿਟ ਮਿਲਿਆ ਉਹ ਵੀ ਗੱਲ ਜਿਹੜੀ ਆ ਸਾਡੀ ਉੱਪਰਲੇ ਸਰਕਾਰ ਦੇ ਲੈਵਲ 'ਤੇ ਚੱਲ ਰਹੀ ਆ ਅਤੇ ਹੁਣ ਮੁੱਖ ਸਕੱਤਰ ਸਾਹਿਬ ਨਾਲ ਮੀਟਿੰਗ ਹੋਏਗੀ ਅਤੇ ਉਹਦੇ ਵਿੱਚ ਹੋ ਸਕਦਾ ਕਿ ਉਹਨੂੰ ਅਮਲੀ ਜਾਮਾ ਜਿਹੜਾ ਵਾ ਉਹ ਪਹਿਨਾਇਆ ਜਾਵੇ ਕਿ ਵਨ ਟਾਈਮ ਜਿਹੜੀ ਆ ਇਹ ਵਨ ਟਾਈਮ ਬੈਨੀਫਿਟ ਆ ਅਤੇ ਇੱਕ ਵਾਰੀ ਜਿਹਨੂੰ ਮਿਲ ਗਿਆ ਉਹਨੂੰ ਦੁਬਾਰਾ ਤਾਂ ਮਿਲਣਾ ਹੀ ਨਹੀਂ ਸੋ ਉਹ ਇੱਕ ਮੰਗ ਉਹ ਆ ਕਿ ਜਿੰਨੀਆਂ ਵੀ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਜਗ੍ਹਾ ਜਿਹੜੀਆਂ
ਅਤੇ ਸਰਕਾਰ ਕੋਲ ਪਈਆਂ ਨੇ ਪੁੱਡਾ ਅਪਰੂਵਡ ਕਲੋਨੀਆਂ ਦੇ ਵਿੱਚ ਜਾਂ ਪੁੱਡਾ ਦੀਆਂ ਕਲੋਨੀਆਂ 'ਚ, ਉਹ ਸਾਰੀ ਜਿਹੜੀ ਆ ਰੈੱਡ ਕਾਰਡ ਹੋਲਡਰ ਨੂੰ ਪਹਿਲ ਦੇ ਆਧਾਰ 'ਤੇ ਉਹ ਜਗ੍ਹਾ EWS ਦੀ ਦਿੱਤੀ ਜਾਵੇ। ਚੌਥੀ ਮੰਗ ਜਿਹੜੀ ਆ, ਉਹ ਪਰਿਵਾਰ ਜਿਨ੍ਹਾਂ 'ਚ ਕਿਸੇ ਨਾ ਕਿਸੇ ਕਾਰਨ ਸਰਕਾਰੀ ਨੌਕਰੀ ਨਹੀਂ ਮਿਲ ਸਕੀ, ਉਹਨਾਂ ਨੂੰ ਉਹਨਾਂ ਪਰਿਵਾਰਾਂ ਲਈ ਇਹ ਆ ਸਾਡੀ ਮੰਗ ਵੀ ਉਹ ਜਿਹੜੇ ਉਹਨਾਂ ਦੀ ਵੀ ਇੱਕ ਘੋਖ ਕਰਕੇ ਨਵੇਂ ਸਿਰੇ ਤੋਂ ਅਤੇ ਉਹਨਾਂ ਕੇਸਾਂ ਨੂੰ ਵਿਚਾਰਿਆ ਜਾਵੇ ਅਤੇ ਸਰਕਾਰੀ ਨੌਕਰੀ ਲਈ ਇੱਕ ਜਿਹੜੀ ਆ ਮੌਕਾ ਜਿਹੜਾ ਦਿੱਤਾ ਜਾਵੇ ਜਿਹੜੇ ਰਹਿ ਗਏ ਆ। ਔਰ ਉਹਦੇ ਬਾਅਦ ਇਹ ਜਿਹੜੀ ਮੰਗ ਹੈ, ਉਸ ਤੋਂ ਇਲਾਵਾ ਸਾਡੀ ਇੱਕ ਯੂਥ ਵਾਸਤੇ ਜਿਹੜੀ ਆ, ਅਸੀਂ 10% ਕੋਟੇ ਦੀ ਮੰਗ ਕੀਤੀ ਆ ਵੀ ਨੌਕਰੀਆਂ ਦੇ ਵਿੱਚ ਜਾਂ ਯੂਥ ਆ ਵਿਹਲਾ ਸਾਡੇ ਪਰਿਵਾਰਾਂ ਦਾ, ਜਿਹੜਾ ਚਲੋ ਇੱਕ ਪਰਿਵਾਰ ਨੂੰ ਤਾਂ ਨੌਕਰੀ ਇੱਕ ਮੈਂਬਰ ਨੂੰ ਦਿੱਤੀ ਸੀ ਅਤੇ ਬਾਕੀ ਜਿਹੜੇ ਯੂਥ ਆ ਉਹਨਾਂ ਲਈ 10% ਕੋਟਾ ਰਾਖਵਾਂ ਜਿਹੜਾ ਦਾ ਉਹਨੂੰ ਕੀਤਾ ਜਾਵੇ। ਇਹ ਵੀ ਸਾਡੀਆਂ ਪੁਰਾਣੀਆਂ ਪੋਲਸੀਆਂ 'ਚ ਜਿਹੜਾ ਹੈਗਾ, ਨਵੀਂ ਚੀਜ਼ ਨਹੀਂ ਅਸੀਂ ਮੰਗ ਕਰ ਰਹੇ, ਅਸੀਂ ਇਹੀ ਆ ਵੀ 10% ਕੋਟਾ ਜਿਹੜਾ ਉਹ ਵੀ ਦਿੱਤਾ ਜਾਵੇ। ਅਤੇ ਬਾਕੀ ਜਿਹੜੇ ਅੱਤਵਾਦ ਦੌਰਾਨ ਮਾਰੇ ਗਏ ਜਿਹੜੇ ਸਰਕਾਰੀ ਕਰਮਚਾਰੀ ਜਾਂ ਪੁਲਿਸ ਦੇ ਜਿਹੜੇ ਆ, ਜਿਹੜੇ ਲਾਲ ਕਾਰਡ ਦੀ ਸਹੂਲਤ ਨਹੀਂ ਸੀ, ਉਹ ਲਾਲ ਕਾਰਡ ਬਣਾ ਕੇ ਦਿੱਤੇ ਜਾਣ, ਇਹ ਅੱਜ ਦੀ ਮੰਗ ਹੈ। ਅਤੇ ਇਸ ਮੰਗ ਪੱਤਰ ਨੂੰ ਇੰਪਲੀਮੈਂਟ ਕਰਾਉਣ ਲਈ ਬੇਨਤੀ ਆ, ਮਤਲਬ ਮੇਰੇ ਨਾਲ ਹੰਸ ਸਾਹਿਬ ਬੈਠੇ ਨੇ ਅਤੇ ਮੈਂ ਬੇਨਤੀ ਕਰ, ਜਿਹੜਾ ਇਹਨਾਂ ਨੇ ਅੱਜ ਦੁਬਾਰਾ ਮੈਨੂੰ ਮੰਗ ਪੱਤਰ ਦਿੱਤਾ ਹੈ, ਆਲਰੇਡੀ ਤਾਂ ਰਿਮਾਈਂਡਰ ਹੀ ਆਪਾਂ ਕਹਿ ਸਕਦੇ ਹਾਂ। ਹਾਂਜੀ। ਅਤੇ ਕਿਉਂਕਿ ਇਸ ਕੇਸ ਨੂੰ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਸਾਹਿਬ ਦੀ ਬਹੁਤ ਸੀਰੀਅਸਲੀ ਲਿਆ ਸੀ ਵੀ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਤਾਂ ਖਾਸ ਕਰਕੇ ਇਹਦੇ ਵਿੱਚ ਬਹੁਤ ਵਧੀਆ ਵੱਡਾ ਰੋਲ ਨਿਭਾਇਆ ਸਾਡੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ, ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਵੀ ਉਸ ਵੇਲੇ ਕੁਰਬਾਨੀ ਹੋਈ ਹੈ, ਉਹਨਾਂ ਦੇ ਭਾਈ ਸਾਹਿਬ ਦੀ ਉਸ ਵੇਲੇ ਦੇ ਮੂਮੈਂਟ ਚੱਲ ਰਹੀ ਸੀ, ਡੈਥ ਹੋਈ ਹੈ, ਉਹਨਾਂ ਨੂੰ ਵੀ ਗੋਲੀਆਂ ਮਾਰ ਗਏ ਸੀ, ਉਹ ਡਾਕਟਰ ਸਾਹਿਬ ਤਾਂ ਦਿਨ ਰਾਤ ਲੱਗੇ ਰਹਿੰਦੇ ਇਸ ਪਰਿਵਾਰਾਂ ਨੂੰ। ਔਰ ਸਾਡਾ ਇਹ ਜਿਹੜਾ ਮਸਲਾ ਹੈ CM ਆਫਿਸ ਤੋਂ ਮੁੱਖ ਸਕੱਤਰ ਦੇ ਆਫਿਸ 'ਚ ਪਿਆ, ਅਸੀਂ ਪਿੱਛੇ ਜੇ 7-8 ਦਿਨ ਰਹਿ ਕੇ ਵੀ ਆਏ ਅਤੇ ਮੁੱਖ ਸਕੱਤਰ ਸਾਹਿਬ ਨਾ ਥੋੜ੍ਹਾ ਬਿਜ਼ੀ ਸੀਗੇ, ਉਹਨਾਂ ਨਾਲ ਸਾਡੀ ਮੀਟਿੰਗ ਹੋ ਨਹੀਂ ਸਕੀ। ਔਰ ਸਾਨੂੰ ਮਤਲਬ ਕਿ ਪੂਰਾ ਵਿਸ਼ਵਾਸ ਹੈ, ਮੰਤਰੀ ਸਾਹਿਬ ਨੇ ਆਪ ਕਿਹਾ ਸੀ, ਧਾਰੀਵਾਲ ਸਾਹਿਬ ਨੇ, ਕਿ ਮੈਂ ਤੁਹਾਡੇ ਨਾਲ ਜਾਊਂਗਾ, ਮੁੱਖ ਸਕੱਤਰ ਕੋਲ ਮੈਂ ਤੁਹਾਡੇ ਨਾਲ ਜਾਊਂਗਾ, ਔਰ ਉੱਥੋਂ ਉਹਨਾਂ ਦਾ ਜੋ ਵੀ ਡਿਸੀਜਨ ਹੈ ਉਹਨਾਂ ਨੂੰ ਸੁਣ ਕੇ ਅਸੀਂ ਆਪਾਂ ਸਰਕਾਰ ਵੱਲੋਂ ਵੀ ਵਿੱਚ ਉਹਦੇ 'ਚ ਕੁਛ ਲਾਗੂ ਕਰਾਵਾਂਗੇ ਵੀ ਇਹ ਚੀਜ਼ਾਂ ਨੇ ਤਾਂ ਹੋਣੀ ਚਾਹੀਦੀਆਂ। ਇਹ ਬਿਲਕੁਲ ਮੰਗ ਇਹਨਾਂ ਦੀ ਜਾਇਜ਼ ਹੈ। ਔਰ ਜਿਹੜੇ ਇਹ ਅੱਤਵਾਦ ਦੇ ਦੌਰਾਨ ਜਿਹੜੇ ਪਰਿਵਾਰ ਪੰਜਾਬ ਛੱਡ ਕੇ ਚਲੇ ਗਏ ਜਾਂ ਉਸ ਦੌਰਾਨ ਲੋਕਾਂ ਦੀ ਮੌਤ ਹੋਈ, ਸ਼ਹੀਦੀਆਂ ਹੋਈਆਂ, ਤਾਂ ਉਹਨਾਂ ਦਾ ਤਾਂ ਬੰਦ ਹੈ, ਕਿਉਂਕਿ ਅਸੀਂ ਸੈਕੂਲਰ ਦੇਸ਼ ਦੇ ਲੋਕ ਰਹਿਣ ਵਾਲੇ।